ਯਾਰ ਲੁਧਿਆਣੇ ਦੀ ਕਾਂਗਰਸ ਦਾ ਸੀਐਮ ਇੱਕ ਹੈ ਤੇ ਪੰਜਾਬ ਦਾ ਜਿਹੜਾ ਸੀਐਮ ਹੈ ਤੇ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਹ ਇੱਕ ਹੈ। ਬਿਲਕੁਲ ਬਿਲਕੁਲ ਜੀ ਬਿਲਕੁਲ ਉਹਨਾਂ ਕਰਕੇ ਫੈਸਲਾ ਲਿੱਤਾ। ਮੈਨੂੰ ਉਹਨਾਂ ਨੇ ਇੰਨਾ ਕੁ ਨੁਕਸਾਨ ਪਹੁੰਚਾਇਆ ਹੈ, ਹਾਲਾਂਕਿ ਮੇਰੇ ਮੈਨੂੰ ਵਪਾਰਕ ਤੌਰ 'ਤੇ ਵੀ, ਮੈਨੂੰ ਹੋਰ ਸਮਾਜਿਕ ਤੌਰ 'ਤੇ ਵੀ। ਤਾਂ ਅਸੀਂ ਉਹਨਾਂ ਨਾਲ ਇੱਕ ਅਫਸਰ ਕੋਲ ਗਏ ਤਾਂ ਮੈਂ ਉਸ ਗੱਲ ਦਾ ਗਵਾਹ ਹਾਂ ਅਤੇ ਮੈਨੂੰ ਅੱਗਿਓਂ ਅਫਸਰ ਕਹਿ ਰਿਹਾ, ਮੈਨੂੰ ਨਹੀਂ ਬਾਬਾ ਜੀ ਨੂੰ ਅਫਸਰ ਕਹਿ ਰਿਹਾ ਵੀ ਮਮਤਾ ਆਸ਼ੂ ਜੀ ਤੋਂ ਫੋਨ ਕਰਾਓ ਅਤੇ ਤੁਹਾਡਾ ਕੰਮ ਅਸੀਂ ਕਰਾਂਗੇ। ਤੁਸੀਂ ਕਿਹੜੇ ਕਦੋਂ ਤੋਂ ਕਾਂਗਰਸੀ ਬਣ ਗਏ ਤੁਸੀਂ, ਇਹ ਵੋ, ਮਤਲਬ ਸਾਨੂੰ ਵਪਾਰਕ ਤੌਰ 'ਤੇ ਵੀ ਉਹਨਾਂ ਨੇ ਤੰਗ ਕੀਤਾ। ਜੇ ਅਸੀਂ ਵਪਾਰ ਕਰਨ ਜਾਂਦੇ ਸੀ ਸਾਨੂੰ ਉਦੋਂ ਰੋਕਦੇ ਸੀ, ਜੇ ਸਾਡੀ ਕੋਈ ਲਿਟੀਗੇਸ਼ਨ ਪੈਂਦੀ ਸੀ ਤਾਂ ਸਾਡੇ ਖਿਲਾਫ਼ ਹੁੰਦੇ ਸੀ। ਅਸੀਂ ਲੋਕਾਂ ਤੋਂ ਪੈਸੇ ਲੈਣੇ ਆ, ਉਹਦੇ 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 ਪਰਚੇ ਅਸੀਂ ਕਰਵਾਉਂਦੇ ਹਾਂ ਤਾਂ ਸਾਡੇ ਪਰਚੇ ਕੈਂਸਲ ਕਰਾਏ ਜਾਂਦੇ ਨੇ। ਇਹਦੇ ਕਿਹੜਾ ਕੋਈ ਗਲਤ ਕੰਮ ਕਰ ਰਿਹਾ, ਪੇਪਰ ਇਹਦੇ ਸਹੀ ਨੇ, ਕੋਰਟ ਤੋਂ ਸਟੇਅ ਇਹਦੇ ਕੋਲ ਮਿਲਿਆ ਹੋਇਆ, ਸਾਰਾ ਕੁਛ ਇਹਦੇ ਕੋਲ ਆ। ਬਸ ਆਸ਼ੂ ਜੀ ਨੇ ਇਹ ਗੱਲ ਕਹੀ ਆ ਵੀ ਇਹ ਜਗ੍ਹਾ ਦੇ ਉੱਤੇ ਇਹ ਕਬਜ਼ਾ ਨਹੀਂ ਲੈ ਸਕਦਾ, ਇੱਥੋਂ ਮਨ ਦੁਖੀ ਹੋ ਗਿਆ। ਸੀਐਮ ਕਹਿ ਰਿਹਾ ਵੀ ਆਹ ਮੇਰੇ ਜੋੜੇ ਹੱਥ, ਮੇਰੇ ਨਾਲ ਉਹ ਲੜਨ ਲੱਗ ਪੈਂਦਾ, ਉਹ ਕੈਬਨਿਟ ਦੀਆਂ ਮੀਟਿੰਗਾਂ 'ਚ ਨਹੀਂ ਆਉਂਦਾ ਅਤੇ ਮੈਂ ਆਸ਼ੂ ਨੂੰ ਨਹੀਂ ਕੁਛ ਕਹਿ ਸਕਦਾ ਅਤੇ ਤੂੰ ਇਹਨਾਂ ਨੂੰ ਕਹਿ ਇਹ ਆਪਣੇ ਪਰਸਨਲ ਤੌਰ 'ਤੇ ਗੱਲ ਕਰਨ। ਦੋ ਹਜ਼ਾਰ ਬਾਈ ਦੀਆਂ ਚੋਣਾਂ ਸਿਰ 'ਤੇ ਨੇ ਅਤੇ ਪੰਜਾਬ ਦੇ ਵਿੱਚ ਵੱਡੀ ਰਾਜਨੀਤਿਕ ਸਤਰ 'ਤੇ ਫੇਰਬਦਲ ਦੇਖਣ ਨੂੰ ਮਿਲ ਰਹੇ ਨੇ। ਲਗਾਤਾਰ ਸਿਆਸੀ ਲੀਡਰ ਇੱਕ ਪਾਰਟੀ ਤੋਂ ਨਿਕਲ ਕੇ ਦੂਜੀ ਪਾਰਟੀ ਜੁਆਇਨ ਕਰ ਰਹੇ ਨੇ, ਜਾਂ ਕਈਆਂ ਦਾ ਆਪਣੀ ਪਾਰਟੀ ਤੋਂ ਮਨ ਉੱਗ ਗਿਆ ਅਤੇ ਉਹ ਦੂਜੀ ਪਾਰਟੀ ਦੇ ਵਿੱਚ ਜੁਆਇਨ ਕਰ ਰਹੇ ਨੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਲਵਾੜਾ ਤੋਂ ਸਰਪੰਚ ਅਮਰਦੀਪ ਗਰੇਵਾਲ ਮੌਜੂਦ ਨੇ। ਗੱਲਬਾਤ ਕਰਦੇ ਹਾਂ, ਲਗਾਤਾਰ ਜਿਸ ਵੇਲੇ ਕਾਂਗਰਸ ਦੀ ਸਰਕਾਰ ਸੀਗੀ ਇਹਨਾਂ ਵੱਲੋਂ ਅੱਗੇ ਵੱਧ ਕੇ ਹਰ ਇੱਕ ਦੇ ਨਾਲ ਸਮੇਂ ਸਿਰ ਮੋਢੇ ਨਾਲ ਮੋਢਾ ਜੋੜ ਕੇ ਕਾਰਜ ਕੀਤੇ ਨੇ, ਲੇਕਿਨ ਅਚਾਨਕ ਇਹਨਾਂ ਵੱਲੋਂ ਫੈਸਲੇ ਲਿੱਤੇ ਗਏ ਨੇ ਕਿ ਹੁਣ ਇਹ ਪਾਰਟੀ ਛੱਡ ਰਹੇ ਨੇ ਅਤੇ ਬੀਜੇਪੀ ਜੁਆਇਨ ਕਰ ਰਹੇ ਨੇ। ਸਰਪੰਚ ਸਾਹਿਬ, ਇੰਨਾ ਵੱਡਾ ਫੈਸਲਾ ਕਿਸ ਤਰ੍ਹਾਂ ਹੋ ਗਿਆ ਅਚਾਨਕ? ਦੇਖੋ, ਅਚਾਨਕ ਤਾਂ ਨਹੀਂ ਹੁੰਦਾ, ਹਰ ਚੀਜ਼ ਦੇ ਮਗਰ ਕੋਈ ਨਾ ਕੋਈ ਸੱਟ, ਕੋਈ ਨਾ ਕੋਈ ਸਦਮਾ, ਕੋਈ ਨਾ ਕੋਈ ਇੱਦਾਂ ਦੀ ਘਟਨਾ ਜ਼ਰੂਰ ਜੁੜੀ ਹੁੰਦੀ ਹੈ ਵੀ ਜਦੋਂ ਤੁਹਾਨੂੰ ਇੱਦਾਂ ਦੇ ਕੋਈ ਫੈਸਲੇ ਲੈਣੇ ਪੈਂਦੇ ਨੇ। ਜਿਸ ਪਰਿਵਾਰ ਨੂੰ ਮੈਂ ਬਿਲੋਂਗ ਕਰਦਾ, ਅਸੀਂ ਅੱਤਵਾਦ ਦੇਖਿਆ। ਅੱਤਵਾਦ ਦੇ ਦੌਰਾਨ ਮੇਰੇ ਦਾਦਾ ਜੀ ਸਰਦਾਰ ਮੁਖਤਿਆਰ ਸਿੰਘ ਜੀ ਸਰਪੰਚ ਸੀ, ਉਹ ਮੌਜੂਦਾ ਸਰਪੰਚ ਸੀ, ਅੱਤਵਾਦੀਆਂ ਨੇ ਗੋਲੀ ਮਾਰਤੀ ਉਹਨਾਂ ਨੂੰ, ਤਾਂ ਅਸੀਂ ਉਦੋਂ ਨਹੀਂ ਕਾਂਗਰਸ ਦਾ ਸਾਥ ਛੱਡਿਆ, ਉਸ ਤੋਂ ਬਾਅਦ ਨਹੀਂ ਛੱਡਿਆ। ਉਸ ਤੋਂ ਬਾਅਦ ਮੇਰੇ ਫਾਦਰ ਦੀ, ਚਲੋ ਮੈਂ ਛੋਟੀ ਉਮਰ 'ਚ ਸੀ, 14 ਸਾਲ ਦਾ ਸੀ, ਕਾਰ ਐਕਸੀਡੈਂਟ ਡੈਥ ਹੋ ਗਈ। ਮੈਂ ਆਪਦੀ ਫੈਮਿਲੀ ਸੰਭਾਲੀ, ਸਾਰਾ ਕੁਛ ਕੀਤਾ ਅਤੇ ਆਪਦੇ ਪਰਿਵਾਰ ਨੂੰ ਪਾਲਿਆ ਅਤੇ ਕਦੇ ਕਾਂਗਰਸ ਦਾ ਸਾਥ ਨਹੀਂ ਛੱਡਿਆ। ਸਚਿਨ ਪਾਇਲਟ ਨਾਲ ਮੇਰੇ ਬਹੁਤ ਭਰਾਵਾਂ ਵਾਲੇ ਰਿਲੇਸ਼ਨ ਸੀ, ਉਹਨੇ ਹੀ ਮੈਨੂੰ ਕਾਂਗਰਸ 'ਚ ਆਉਣ ਲਈ ਉਤਸ਼ਾਹ ਕੀਤਾ ਸੀ ਅਤੇ ਉਹ ਹੀ ਮੇਰਾ ਰੋਲ ਮਾਡਲ ਸੀ। ਉੱਥੋਂ ਸਾਡੀ ਕਾਂਗਰਸ ਦੀ ਸ਼ੁਰੂਆਤ ਹੋਈ ਹੈ। ਮੈਂ 14 ਸਾਲ ਤੋਂ ਉਹਦੇ ਨਾਲ ਜੁੜਿਆ, ਮੈਂ ਪਰਸਨਲੀ ਜੁੜਿਆ ਅਤੇ ਜਦੋਂ ਮੇਰੀ 14 ਸਾਲ ਦੀ ਉਮਰ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਲਗਭਗ ਤੁਸੀਂ ਲਾ ਲਓ ਵੀ 16 ਸਾਲ ਹੋ ਗਏ ਮੈਨੂੰ ਕਾਂਗਰਸ 'ਚ, ਅਤੇ ਕਾਂਗਰਸ 'ਚ ਪਿਆਰ ਮੈਂ ਬਣਾਇਆ, ਆਪਦਾ ਪਿਆਰ ਬਣਾਇਆ ਅਤੇ ਕਰਦੇ ਕਰਦੇ ਮਤਲਬ ਇੰਨਾ ਕੁ ਪਿਆਰ ਮੈਂ ਬਣਾਇਆ ਸੀ ਕਾਂਗਰਸ 'ਚ ਵੀ ਮੈਨੂੰ ਕੋਈ ਇਹੋ ਜਿਹਾ MLA ਨਹੀਂ, ਕੋਈ ਇਹੋ ਜਿਹਾ ਮੰਤਰੀ ਨਹੀਂ। ਮਹਾਰਾਜਾ ਸਾਹਿਬ ਦੀ ਕਾਂਗਰਸ ਦੀ ਗੌਰਮੈਂਟ ਰਹੀ ਹੈ, ਉਦੋਂ ਵੀ ਮੈਂ ਪਿਛਲੇ 3-4 ਸਾਲਾਂ 'ਚ ਮਤਲਬ ਮੈਂ ਕਦੇ ਕੋਈ ਕੰਮ ਨਹੀਂ ਕੀਤਾ ਕਦੇ। ਇੰਨਾ ਲੰਬਾ ਸਮਾਂ, ਆਖਿਰ ਕਿਹੜਾ ਧੱਕਾ ਇੱਕਦਮ ਲੱਗਿਆ ਕਿ? ਧੱਕਾ ਮੈਨੂੰ ਇਹ ਲੱਗਿਆ ਵੀ ਕਾਂਗਰਸ ਦੇ ਵਿੱਚ ਮੇਰਾ ਬਹੁਤ ਪਿਆਰ ਹੈ, ਠੀਕ ਹੈ। ਅੱਜ ਵੀ ਮੈਨੂੰ ਫੋਨ ਆਏ ਨੇ, ਮੇਰੇ ਪਿਆਰ ਕਰਦੇ ਨੇ ਮੈਨੂੰ, ਗੁਰਕੀਰਤ ਸਿੰਘ ਕੈਬਨਿਟ ਮਿਨਿਸਟਰ ਖੰਨੇ ਤੋਂ, ਉਹਨਾਂ ਦਾ ਮੈਨੂੰ ਫੋਨ ਆਇਆ ਕਿ ਤੂੰ ਨਾ ਕਰ, ਮੇਰਾ ਮਨ ਭਰਿਆ ਹੋਇਆ। ਮੈਂ ਕਿਹਾ ਜੀ ਮੇਰਾ ਉਸ ਤੋਂ ਜ਼ਿਆਦਾ ਭਰਿਆ ਹੋਇਆ, ਲੱਖਾਂ MLA ਬਈ ਦਾ ਆਇਆ, ਇੰਦਰਵੀਰ ਬੁਲਾਰੀਆ ਜੀ ਦਾ ਮੈਨੂੰ ਅੱਜ ਵੀ ਫੋਨ ਆਇਆ ਕਿ ਯਾਰ ਤੂੰ ਰਹਿਣ ਦੇ, ਤੂੰ ਇਸ ਕੰਮ 'ਚ ਨਾ ਕਰ। ਪਰ ਮੇਰੇ ਨਾਲ ਹੋਇਆ ਕੀ ਵੀ ਇਹ ਜਿਹੜਾ ਸ਼ਹਿਰ ਹੈ ਨਾ, ਜਿਹੜਾ ਸ਼ਹਿਰ ਲੁਧਿਆਣਾ, ਸ਼ਹਿਰ ਲੁਧਿਆਣੇ ਦੀ ਕਾਂਗਰਸ ਦਾ CM ਇੱਕ ਹੈ ਅਤੇ ਪੰਜਾਬ ਦਾ ਜਿਹੜਾ CM ਹੈ ਅਤੇ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਹ ਇੱਕ ਹੈ। ਅਤੇ ਮੈਂ ਕਾਂਗਰਸ ਪੰਜਾਬ 'ਚ ਸੀਗਾ, ਸੈਂਟਰ ਕਾਂਗਰਸ ਦੀ ਵੀ, ਚਲੋ ਸਰਕਾਰ ਸਚਿਨ ਪਾਇਲਟ ਮੰਤਰੀ ਸੀਗਾ, ਅਸੀਂ ਉਹ ਵੀ ਆਪਦਾ ਕੀਤਾ। ਹੋਇਆ ਕੀ ਵੀ ਜਦੋਂ ਲੁਧਿਆਣੇ ਦੇ ਵਿੱਚ ਸਾਨੂੰ ਕੋਈ ਵੀ ਕੰਮ ਪੈਂਦਾ ਸੀ ਤਾਂ ਇੱਥੇ ਲੁਧਿਆਣੇ ਇੱਕੋ ਹੀ ਬੌਸ ਹੈ, ਉਹ ਹੈ ਭਾਰਤ ਭੂਸ਼ਣ ਆਸ਼ੂ। ਤਾਂ ਉਹਨਾਂ ਕਰਕੇ ਫੈਸਲਾ ਲਿੱਤਾ? ਬਿਲਕੁਲ ਬਿਲਕੁਲ ਜੀ ਬਿਲਕੁਲ ਉਹਨਾਂ ਕਰਕੇ ਫੈਸਲਾ ਲਿੱਤਾ। ਮੈਨੂੰ ਉਹਨਾਂ ਨੇ ਇੰਨਾ ਕੁ ਨੁਕਸਾਨ ਪਹੁੰਚਾਇਆ, ਹਾਲਾਂਕਿ ਮੈਨੂੰ ਵਪਾਰਕ ਤੌਰ 'ਤੇ ਵੀ, ਮੈਨੂੰ ਹੋਰ ਸਮਾਜਿਕ ਤੌਰ 'ਤੇ ਵੀ ਛੋਟੇ ਛੋਟੇ ਮਸਲੇ ਹੁੰਦੇ ਨੇ ਸਰਕਾਰ 'ਚ। ਕੋਈ ਦੇਖੋ, ਸਰਕਾਰ 'ਚ
जे मैं प्यार बनाया सी तां मैं कोई गलत काम नहीं करदा। मेरा तुसीं रिकॉर्ड देख लो, मेरे मगर तुसीं जो मर्जी मेरी जिथों मर्जी कढ़ा लो, मैं कोई नशा नहीं वेचदा या मैं कोई गलत काम नहीं करदा या मैं कोई गुंडागर्दी नहीं करदा या मेरा कोई इदां दा गलत कारोबार नहीं ना मेरा कोई शराब का कारोबार। मैं बिजनेसमैन आदमी हाँ, मैं आपका बिजनेस करदा, मेरा फिल्म इंडस्ट्री नाल भी मेरा बिजनेस रहा, मेरा होर इंडस्ट्रियां च भी मेरा बिजनेस रहा, मैं इंपोर्ट एक्सपोर्ट भी करदा, प्रॉपर्टी भी करदा, मतलब मैं फाइनेंस भी मेरा इनवॉल्वमेंट हैगी है, ठीक है ना, फाइनेंस भी मेरा एक बिजनेस है। उस बिजनेस के चलते हुए मैं एक दो काम के लिए शहर मेरिया दिक्कत आई, जो मेरिया दिक्कत आदि जो तुम कोई भी व्यापार करते हो दिक्कत थोड़ू आती है, तो थोड़ी सरकार होंगी है, थोड़े भरा होंगे ने एम एल ए मंत्री, थोड़े परिवार का मैंबर होंगे ने, तो उन्होंने एक आस उम्मीद थोड़ू बढ़ जाती है भी मेरा जेनुअन काम है तो मैं मेरी पिट्ठ नहीं लगेगी। मेरा लीडर अज भी प्यार है, पर तुम दस रहा ना जो लुधियाने की वारी आती है तो लुधियाने आके कांग्रेस टीम आशू जी, सनी भला जी, तो ममता आशू जी, मतलब मेरे नाल दे कांग्रसियां नाल, मैं शुरू तो तुहानू सुनाउणा भी एक मेरे दोस्त ने चेयरमैन ने पंजाब दे के बाबा जी ने, उन्हां नाल मैं किसी अफसर कोल चले गया, सीनियर अफसर कोल असी चले गए, कोई काम सी बाबा जी दा, बाबा जी ने मतलब उन्हां दा 45 साल दा इतिहास है, जदों असी उन्हां नाल एक अफसर कोल गए तो मैं उस गल दा गवाह हाँ, तो मैनू अग्गों अफसर कह रहा है, मैनू नहीं बाबा जी नू अफसर कह रहा भी ममता आशू जी तो फोन कराओ तो थोड़ा काम असी करांगे। वह सीनियर कांग्रेसी ने, चेयरमैन रहे ने, पहला भी रहे ने, पुरानी सरकार भी रहे ने, हुण मौजूदा चेयरमैन ने, ह्यूमिलेशन हुंदी है। फिर एक मेरे होर दोस्त ने मुल्लांपुर तो ने, वह व्यापार करते ने, उन्हों का बहुत वड्डा परिवार है, बहुत वधिया व्यापारी ने, उन्होंने जदों उन्हों की जो वारी आई तो उदो कैप्टन संदीप संधु तो आशू जी ने मिल के आपदियां गेमां चलाईयां, तुसीं कदों तो कांग्रेसी बन गए, तुसीं ये वो, मतलब सानू व्यापारिक तौर पर भी उन्होंने तंग किया, जे असीं व्यापार करन जांदे सी सानू उदों रोकदे सी, जे साडी कोई लिटिगेशन पैंदी सी तां साडे खिलाफ हुंदे सी, असीं लोकां तों पैसे लैणे आ उहदे परचे असीं करवाउणे आ तां साडे परचे कैंसल कराए जांदे ने, ठीक है ना जी, तो जे 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 मैं जे हाँ, और दू इन्हां दे हलके की कोई इनवॉल्वमेंट नहीं, सिर्फ जिला लुधियाने की मेरी जमीन मेरे नाम की प्लॉट है, हंबड़ा रोड के उत्ते प्लॉट है, मैं रजिस्ट्री कराई है, रजिस्ट्री मेरे नाम पर है, उदा कब्जा आशू जी लैण नहीं दे रहे, तो सारे मेरे दोस्तों ने जोर लाया, प्रैशर पाया भी यार साडा भरा है तो साडा फैमिली मैंबर है, तुसीं आशू जी तुसीं ना इन्ना अड़ो भी इहदा इहने किहड़ा कोई गलत काम कर रहा, पेपर इहदे सही ने, कोर्ट तो स्टे इहदे कोल मिलिया होया, सारा कुछ इहदे कोल है, बस आशू जी ने इह गल कही है भी इह जगह दे उत्ते इह कब्जा नहीं लै सकदा, इत्थों मन दुखी हो गया। फिर मैनू इह धक्का लग्गिया, मैं सीएम कोल गया, जदों मैं सीएम कोल गया तो सीएम पहला कैप्टन अमरिंदर सिंह सी, उदों गल्लां होईयां तां चलो माड़े मोटे काम पुछ होए तां बिल्कुल काम रह जाते, सीएम नूं मिलना बहुत औखा सी, जो सीएम चन्नी अपने पावर च आए मैं चन्नी साहब को गया, मैं क्या चन्नी साहब मैनू दसो भी आह मेरे विधायक ने दोस्त, आह भी मेरे विधायक ने दोस्त, आह मेरे कैबिनेट मंत्री ने, मैं तीन MLA ते कैबिनेट मंत्री नाल लैके आया तो मेरिया आह मुश्किलों ने लुधियाने दियाँ, तो तुसीं आशू जी नूं कह के मेरा मसला हल कराओ, तो सीएम ने एक फुट की छाल मारी सीट के उत्तों, तो मैनू कहिंदा आह जोड़े हाथ भी इन्हों कह ए परसनल लैवल से गल कर आशू नाल। कौन कह रहा है? चरणजीत चन्नी ने पंजाब भवन के कमरे च मेरे सामने मैनू ये गल कही है, मेरे नाल दो विधायक एक कैबिनेट मंत्री मेरी मदद करने लिए मेरी सिफारिश करने लिए मुख्यमंत्री को गए ने, तो सीएम कह रहा भी आ मेरे जोड़े हाथ, मेरे नाल लड़न लग पैंदा, वो कैबिनेट दियां मीटिंगां च नहीं आउंदा, तो मैं आशू नूं नहीं कुछ कह सकता, तो तू इन्हां नूं कह ये अपने परसनल तौर पर गल कर। आप पब्लिक दे विच जाके मतलब एक वधिया मैसेज दे रहे से भी हर बंदे दी मैं आवाज़ सुनदा, भी तुसीं तां कांग्रेसी तुहाडी आवाज़ नहीं सुनी, फिर आवाज़ हुण सुनावांगे जी, हजे तां 2-2 हज़ार करोड़ दे जिहड़े घपले आए ने हजे तां सिर्फ यही आए ने, ये तां हुण CBI दी जांचां मैं करवाऊँगा, मूहरे लग के करवाऊँगा, ये तां जो इन्हां ने घपले कीते ने, जो इन्हां ने पैसा लुट्टिया ते जो खाधा थोड़े सामने 650 करोड़ रुपए का घोटाला जिहड़ा गंदे नाले का ये थोड़े सामने होया, ठीक है ना जी, ये पिछे किन्ना रौला चल रहा, स्मार्ट सिटी के सारे पैसे सारा पैसा वेस्ट च लग्या, होर लुधियाने च कोई फंड ही है नहीं, कित किसी के पिंड च किसी गली च कोई इंटरलॉक टाइल ही नहीं लगी, सो ये दिक्कत मैनू ये आईया भी जो BJP पार्टी क्यों ज्वाइन कर ली, BJP ही क्यों, होर भी बड़िया पार्टियां इस समय, देखो बड़िया पार्टियां ने, नैशनल पार्टी है BJP, मैं BJP का मैं जो देखा
बीजेपी ना एक स्टेबल पार्टी है, एक वर्कर की उत्थे कदर भी पैंदी है। बीजेपी एक बहुत वधिया पार्टी है। बीजेपी नूं मैं पिछले कई साल तो 2014 तो वॉच कर रहा, चलो गलतियां तो सारे ही करते हैं, कांग्रेस ने भी बहुत गलतियां कीतियां, अकाली दल ने भी गलतियां कीतियां, बीजेपी ने भी हुण बड़ी वड्डी गलती कीती जिहड़े फार्म लॉज लियांदे। जदों फार्म लॉज लियांदे तां मैं भी सब तो वध उन्हां दा विरोध कीता। मैं दिल्ली जाके जो जिन्ना समर्थन कर सकदा सी मैं कीता, मेरे नाल मेरे फिल्म नगरी दे मेरे जिन्ने दोस्त सीगे मैं उन्हां नूं जाके उन्हां तों सपोर्ट कराई। असी घट्टो घट्ट भी मैं 40 तों 50 गेड़े मैं खुद लाए ने उत्थे, ਆਉਂਦਾ ਸੀ ਅਪ ਡਾਊਨ ਕਰਦਾ ਸੀ। ਕਿਸਾਨਾਂ ਦੀ ਆਵਾਜ਼ ਚੁੱਕੋਗੇ, ਹੁਣ ਇੱਕ ਮੰਗ ਉੱਠ ਰਹੀ ਹੈ ਵੀ ਬਿਲਕੁਲ ਚੁੱਕਾਂਗੇ, ਬਿਲਕੁਲ ਚੁੱਕਾਂਗੇ। ਦੇਖੋ ਹੁਣ ਐਂਡ ਕੀ ਹੋਇਆ, ਮੈਨੂੰ ਇੱਕ ਗੱਲ ਦੱਸੋ, ਮੋਦੀ ਸਾਹਿਬ ਨੇ ਕੀ ਕੀਤਾ? ਮੋਦੀ ਸਾਹਿਬ ਨੇ ਵਾਪਸ ਲੈ ਲਏ ਫਾਰਮ ਲਿਓ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਉਹਨਾਂ ਨੇ ਕਿਹਾ ਵੀ ਅੱਜ ਤੋਂ ਇਹ ਤਿੰਨੇ ਕਾਲੇ ਕਾਨੂੰਨ ਰੱਦ ਰਿਪੈਲ ਹੋ ਗਏ ਨੇ। ਸਭ ਤੋਂ ਵੱਡਾ ਤੋਹਫ਼ਾ ਪਹਿਲਾਂ ਤਾਂ ਸਾਨੂੰ ਉਹ ਦਿੱਤਾ, ਦੂਜਾ ਉਹਨਾਂ ਨੇ ਕਿਹਾ ਵੀ ਛੋਟੇ ਸਾਹਿਬਜ਼ਾਦਿਆਂ ਦਾ ਬਾਲ ਦਿਵਸ ਅਸੀਂ ਮਨਾਇਆ ਕਰਾਂਗੇ, ਸ਼ਹੀਦੀ ਦਿਹਾੜਾ, ਉਹ ਸਾਨੂੰ ਦਿੱਤਾ। ਤੀਜਾ ਉਹ ਵਿਚਾਰੇ ਉਹ ਦੇਣ ਆਏ ਸੀਗੇ ਅਤੇ ਆਪਣੀਆਂ ਜਿਹੜੀਆਂ ਗੱਲਾਂ ਕਰਕੇ ਅਤੇ ਕੁਛ ਉੱਥੇ ਜੋ ਕੁਛ ਹੋਇਆ ਉਹ ਆਪਣੇ ਆਪਾਂ ਖੁੰਝ ਗਏ ਹਾਂ, ਚਲੋ ਉਹ ਵੀ ਆ ਜਾਣਗੀਆਂ। ਗਰੇਵਾਲ ਸਾਹਿਬ, ਮਸਲਾ ਹੱਲ ਹੋ ਗਿਆ ਵੀ ਖੇਤੀ ਕਾਨੂੰਨ ਆਏ ਸੀਗੇ, ਖੇਤੀ ਕਾਨੂੰਨ ਰੱਦ ਹੋ ਗਏ, ਲੇਕਿਨ 700 ਜਿਹੜੇ ਸ਼ਹੀਦ ਹੋਏ ਨੇ ਕਿਸਾਨ, ਉਹਨਾਂ ਦੀ ਆਵਾਜ਼ ਕੌਣ ਚੁੱਕੇਗਾ ਹੁਣ? ਕਿਉਂਕਿ ਉਹਦੀ ਮੰਗ ਕਿਤੇ ਨਾ ਕਿਤੇ ਉੱਠ ਰਹੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਦੇਖੋ ਬਹੁਤ ਦਰਦ ਹੈ, ਮੈਂ ਆਪ ਕਿਸਾਨ ਹਾਂ, ਮੇਰੇ ਕੋਲ ਖੇਤੀਬਾੜੀ ਦੀ ਜ਼ਮੀਨ ਹੈ, ਮੈਂ ਖੇਤੀ ਕਰਦਾ ਵੀ ਹਾਂ, ਕਰਾਉਂਦਾ ਵੀ ਹਾਂ, ਠੇਕੇ 'ਤੇ ਵੀ ਦਿੰਦਾ। ਪਰ ਮੈਨੂੰ ਇੱਕ ਗੱਲ ਦੱਸੋ ਨਾ, ਅੱਜ ਖੇਤੀ ਕਾਨੂੰਨ ਰੱਦ ਕਿਹਨੇ ਕੀਤੇ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੇ ਨਾ, ਉਹਨਾਂ ਨੇ ਰੱਦ ਕੀਤੇ। ਹੁਣ ਉਸ ਤੋਂ ਬਾਅਦ ਜਿਨ੍ਹਾਂ ਨੇ ਰੱਦ ਕਰਵਾਏ, ਜਿਹੜੇ ਕਹਿੰਦੇ ਨੇ ਵੀ ਅਸੀਂ ਰੱਦ ਕਰਵਾਏ, ਜਿਹੜੇ ਕਹਿੰਦੇ ਨੇ ਵੀ ਅਸੀਂ ਰੱਦ ਕਰਵਾਏ, ਠੀਕ ਹੈ ਕਰਾਏ, ਕਿਸਾਨ ਜਥੇਬੰਦੀਆਂ ਨੇ ਕਰਾਏ, ਉਗਰਾਹਾਂ ਸਾਹਿਬ ਨੇ ਕਰਾਏ, ਮੈਂ ਕਹਿੰਦਾ ਉਗਰਾਹਾਂ ਸਾਹਿਬ ਨੇ ਕਰਾਏ, ਮੈਂ ਸਪੋਰਟ ਕਰਦਾ ਉਗਰਾਹਾਂ ਸਾਹਿਬ ਨੂੰ। ਮੈਂ ਮੇਰੇ ਦਾਦਾ ਜੀ ਵੀ ਸਪੋਰਟਰ ਸੀ ਉਗਰਾਹਾਂ ਦੇ, ਮੇਰੇ ਦਾਦਾ ਜੀ ਤੋਂ ਸਾਡੀ ਸਪੋਰਟ ਚੱਲਦੀ ਆ ਰਹੀ ਹੈ ਉਗਰਾਹਾਂ ਦੀ, ਅਤੇ ਮੈਂ ਆਪਦੀਆਂ ਗੱਡੀਆਂ ਦੇ ਝੰਡੇ ਲਾ ਕੇ ਉਗਰਾਹਾਂ ਗਰੁੱਪ ਦੇ ਜਿੰਨੇ ਮੈਂ ਗੇੜੇ ਕੱਢੇ ਆ, ਸ਼ਾਇਦ ਕਿਸੇ ਨੇ ਕੱਢੇ ਹੋਣ। ਆਵਾਜ਼ ਇਹ ਹੈ ਵੀ ਕਿਸਾਨਾਂ ਨੇ ਵੀ ਤਾਂ ਆਪਦੀ ਪਾਰਟੀ ਬਣਾ ਲਈ, ਆਵਾਜ਼ ਚੁੱਕਣ ਲਈ ਕੋਈ ਜਦੋਂ ਕੰਮ ਕਰਾਉਣਾ ਹੋਵੇ ਤਾਂ ਤੁਹਾਨੂੰ ਤੁਹਾਡੇ ਕੋਲ ਇੱਕ ਪੋਜੀਸ਼ਨ, ਇੱਕ ਅਹੁਦਾ, ਤੁਹਾਡੇ ਕੋਲ ਇੱਕ ਰੁਤਬਾ, ਤੁਹਾਡਾ ਇੱਕ ਪਾਰਟੀ ਦੇ ਵਿੱਚ ਲੈਵਲ ਹੋਣਾ ਚਾਹੀਦਾ ਤਾਂ ਕਿ ਤੁਸੀਂ ਆਪਦੀ ਗੱਲ ਪੇਸ਼ ਕਰ ਸਕੋ। ਜੇ ਇਹੀ ਗੱਲ ਜੇ ਪੰਜਾਬ ਦੇ ਲੀਡਰ ਬੀਜੇਪੀ 'ਚ ਹੁੰਦੇ, ਪੰਜਾਬ ਬੀਜੇਪੀ ਮਾਰ ਕਿਉਂ ਖਾਂਦੀ ਹੈ? ਬੀਜੇਪੀ ਨੇ ਪੰਜਾਬ ਦੇ ਲੀਡਰ ਹੀ ਹੈ ਨਹੀਂ ਸੀ। ਜੇ ਪੰਜਾਬ ਦੇ ਲੀਡਰ ਹੁੰਦੇ, ਕਿਸਾਨੀ ਨੂੰ ਬਿਲੋਂਗ ਕਰਦੇ ਲੀਡਰ ਹੁੰਦੇ ਤਾਂ ਬੀਜੇਪੀ ਪਾਰਟੀ ਪੁੱਛਦੀ ਵੀ ਭਾਈ ਦੱਸੋ ਅਸੀਂ ਆਹ ਚੀਜ਼ ਲੈ ਕੇ ਆ ਰਹੇ ਹਾਂ, ਸਾਨੂੰ ਇਹਦਾ ਕੋਈ ਨੁਕਸਾਨ ਨਫਾ ਨੁਕਸਾਨ? ਜਦੋਂ ਵਿੱਚ ਆਏ ਤਾਂ ਉਹ ਰਿਪੈਲ ਕੀਤੇ, ਲੋਜ਼ ਖਤਮ ਹੋਏ ਨੇ। ਹੁਣ ਕਿਸਾਨ ਕੀ ਕਰ ਰਹੇ ਨੇ? ਇਲੈਕਸ਼ਨ ਲੜ ਰਹੇ ਨੇ। ਕਿਸਾਨਾਂ ਨੇ ਇਲੈਕਸ਼ਨ ਲੜ ਕੇ ਕੀ ਕਰਨਾ? ਕਾਨੂੰਨ ਹੀ ਬਣਾਉਣੇ ਨੇ, ਫਾਇਦਾ ਹੀ ਕਰਨਾ ਲੋਕਾਂ ਦਾ, ਕਿਸਾਨਾਂ ਦਾ ਹੀ ਫਾਇਦਾ ਕਰਨਾ। ਉਹ ਬੀਜੇਪੀ ਕਰ ਰਹੀ ਹੈ, ਹੁਣ ਅੱਗੇ ਵੀ ਕਰੂਗੀ। ਗਲਤੀ ਹੋਈ ਆ, ਗਲਤੀ ਮੰਨੀ ਗਈ ਹੈ, ਉਹਨਾਂ ਨੇ ਬਿਲਕੁਲ ਗਲਤੀ ਮੰਨੀ ਆ, ਉਹ ਤੁਹਾਨੂੰ ਵੀ ਪਤਾ ਚੁੱਕ ਕੇ ਮੰਨੀ ਆ। ਆਪਣੇ ਦੇਸ਼ ਦੇ ਦੁਨੀਆ ਦਾ ਸਭ ਤੋਂ ਵੱਡੀ ਆਬਾਦੀ ਦਾ ਜਿਹੜਾ ਦੇਸ਼ ਹੈ, ਸਭ ਤੋਂ ਵੱਡੀ ਡੈਮੋਕਰੈਟਿਕ ਹੈ ਜਿਹੜੀ ਆਪਣੇ ਵਰਲਡ ਦੀ, ਉਹਦੇ ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗੀ ਹੈ। ਬੀਜੇਪੀ ਕਹਿ ਰਹੀ ਹੈ ਨਵਾਂ ਪੰਜਾਬ ਭਾਜਪਾ ਦੇ ਨਾਲ, ਤੁਸੀਂ ਕਿਸ ਤਰ੍ਹਾਂ ਆਪਣਾ ਸੋਚੀ ਬੈਠੇ ਹੋ? ਅਸੀਂ ਮੈਂ ਤਾਂ ਜਦੋਂ ਦਾ ਮੇਰੇ ਮੈਂ ਕਦੇ ਨਹੀਂ ਸੀ ਸੋਚਿਆ ਵੀ ਮੈਂ ਬੀਜੇਪੀ 'ਚ ਜਾਊਂਗਾ, ਪਰ ਜਦੋਂ ਆਹ ਗੱਲਾਂ ਹੋਈਆਂ, ਜਦੋਂ ਕਿਸਾਨਾਂ ਦੇ ਲੋਜ਼ ਰਿਪੈਲ ਹੋਏ, ਮੈਂ ਸੋਚਦਾ ਸੀ ਵੀ ਸ਼ਾਇਦ ਨਰਿੰਦਰ ਮੋਦੀ ਕਦੇ ਵੀ ਇਹ ਫੈਸਲਾ ਨਹੀਂ ਲੈਣਗੇ ਵੀ, ਕਿਉਂਕਿ ਉਹਨਾਂ ਨੇ ਕਦੇ ਜੰਮੂ ਦਾ ਫੈਸਲਾ ਨਹੀਂ ਲਿਆ, ਉਹਨਾਂ ਨੇ 370 ਦਾ ਫੈਸਲਾ ਨਹੀਂ ਲਿਆ। ਉਹ ਇੱਕ ਦਬੰਗ ਬੰਦਾ ਹੈ, ਉਹ ਮੇਰੇ ਦਿਲ 'ਚ ਮੇਰੇ ਉੱਧਰੋਂ ਹਮਦਰਦੀ, ਉੱਧਰੋਂ ਸੱਟ ਲੱਗੀ ਸੀ, ਆਪਦੀ ਪਾਰਟੀ 'ਚ ਸੱਟ ਲੱਗੀ ਸੀ, ਸਰਕਾਰ ਸਾਡੀ, ਅਸੀਂ ਧੱਕੇ ਖਾ ਰਹੇ ਹਾਂ, ਭਰਾ ਸਾਡੇ ਮੰਤਰੀ ਨੇ, ਸਾਡਾ ਕੰਮ ਨਹੀਂ ਹੋ ਰਿਹਾ। ਸਰਕਾਰ 'ਚ ਹੁੰਦੇ ਤੁਸੀਂ ਕਿਸ ਮੂੰਹ ਨਾਲ ਸਰਕਾਰ 'ਚ ਰਹੋਗੇ? ਤੁਹਾਡਾ ਕੈਬਨਿਟ ਮੰਤਰੀ ਤੁਹਾਡਾ ਭਰਾ ਹੋਵੇ, 5-7 MLA ਤੁਹਾਡੇ ਭਰਾ ਹੋਣ, ਇੱਕ ਤੁਹਾਡੇ ਕਾਰ 'ਚ ਤੁਸੀਂ, ਤੁਹਾਡੇ ਕੋਲ ਟਾਈਮ ਹੀ ਨਾ ਹੋਵੇ ਵੀ ਅੱਜ ਮੈਂ ਇੱਕ MLA ਨਾਲ ਹਾਂ, ਕੱਲ੍ਹ ਮੈਂ ਇੱਕ MLA ਨਾਲ ਹਾਂ, ਪਰਸੋਂ ਮੈਂ ਇੱਕ MLA ਨਾਲ ਹਾਂ, ਮੈਂ ਉੱਧਰੋਂ ਕੈਬਨਿਟ ਮੰਤਰੀ ਨਾਲ ਹਾਂ। ਤੁਸੀਂ ਇਸ ਆਪਦੇ ਉਸ ਤੁਸੀਂ ਪਾਵਰ ਦੇ ਨਸ਼ੇ 'ਚ ਤੁਸੀਂ ਘੁੰਮ ਰਹੇ ਹੋ, ਪਰ ਜਦੋਂ ਤੁਹਾਡੇ 'ਤੇ ਬਿਪਤਾ ਪੈਂਦੀ ਹੈ, ਨਾ ਤੁਹਾਡਾ ਕੋਈ ਮੰਤਰੀ ਕੰਮ ਕਰ ਸਕਦਾ, ਨਾ ਪਾਰਟੀ ਦਾ ਪ੍ਰਧਾਨ ਕਰ ਸਕਦਾ, ਨਾ ਪਾਰਟੀ ਦਾ CM, ਜਿਸ ਪਾਰਟੀ ਦਾ CM ਹੀ ਕੁਛ ਨਹੀਂ ਕਰ ਸਕਦਾ, ਤਾਂ ਫਿਰ ਉਸ ਪਾਰਟੀ 'ਚ ਰਹਿ ਕੇ ਆਪਾਂ ਕਰਨਾ ਕੀ ਹੈ? ਸੋ ਇਹ ਸਨ ਅਮਰਦੀਪ ਗਰੇਵਾਲ, ਜੋ ਕਿ ਸਰਪੰਚ ਨੇ, ਲਗਾਤਾਰ ਕਾਂਗਰਸ ਦੇ ਵਿੱਚ ਰਹਿ ਕੇ ਇਹਨਾਂ ਵੱਲੋਂ ਕਾਫੀ ਲੋਕਾਂ ਦੇ ਮਸਲੇ ਵੀ ਹੱਲ ਕਰਾਏ ਨੇ ਅਤੇ
कोई ऐसा लीडर होएगा जिहड़ा इन्हां नूं बाय नेम नहीं जानता, लेकिन कितना कितने नाराज़ अपनी सरकार तो जरूर नज़र आए हैं। इन्हां ने एक वड्डा फैसला लिता बीजेपी दे विच जाण दा, कहिंदे ने वी साडी मेरी सरकार दे विच जदों मेरी इन्नी वाकफियत सी तां मैनू काफ़ी दिक्कतां परेशानियां आईयां, तो इस तों निराश हो के ये हुण बीजेपी ज्वाइन कर रहे हैं, तो सारे मसले हुण किसानां दे वी चुकणगे अगे आके। कैमरा परसन रोहित दे नाल वरुण सगड़, दैनिक सवेरा टीवी लुधियाना। अलीशा बेगम, ना कोई चैलेंज ना कोई इनाम, सिर्फ काम को सलाम। वशीकरण करवाना हो या तुड़वाना हो, प्यार में धोखा, शादी के लिए माँ बाप का ना मानना, काम वही जो सर चढ़कर बोले, इधर उधर ना भटके, दुआ भी तकदीर बदल सकती है। सोचने से नहीं, फोन करने से दुख दूर होंगे। झूठे और मीठे बनकर लूटने वालों से सावधान, हर समस्या का समाधान 3 दिनों में किया जाता है। अगर आपकी किस्मत में लॉटरी है तो इसे कैसे हासिल करें? सुपर स्पेशलिस्ट। पति पत्नी में अनबन, प्रेम विवाह, नौकरी, कारोबार में रुकावट, कोर्ट केस, तलाक केस, सौतन दुश्मन से छुटकारा, लॉटरी, सट्टा नंबर, वशीकरण करवाना ये तुड़वाना, बीमारी में दवा ना लगना, अलीशा बेगम। वर्ल्ड फेमस बाबा सलीम खान, 21 बार गोल्ड मेडलिस्ट। सारियां थामा तो निराश होते, मायूस होने वाले, एक बार फोन जरूर करो, जिवे चाहोगे ओवे होएगा। इट्स माय प्रॉमिस, इमीडिएटली रिजल्ट, ओपन चैलेंज, इल्मा दे माहिर, ए टू जेड समस्यावां दा फोन ते घर बैठे करवाओ हल। वशीकरण ते मुठकरनी, लव मैरिज, सौतन ते दुश्मन तो छुटकारा, पक्का काम पक्का हल, 121% गारंटी, अष्टाम पेपर समेत, सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी चनबन, जा दुटोना, मनमोहनी वशीकरण करवाओ, जा तुड़वाओ, रुसे नु मनाओ। हुणे कॉल करो बाबा सलीम खान, 98199 37467।